ਬੈਂਸ ਦੇ ਉੱਤੇ ਸਮੇਂ-ਸਮੇਂ ਦੇ ਉੱਤੇ ਝੂਠੇ ਬੇਬੁਨਿਆਦ ਇਲਜ਼ਾਮਾਂ ਦੇ ਤਹਿਤ ਤਕਰੀਬਨ 1.5 ਦਰਜਨ FIR ਜਿਹੜੇ ਅੱਜ ਪੁਤਲੇ ਫੂਕਦੇ ਫਿਰਦੇ ਆ, ਇਹਨਾਂ ਦੀ ਸਰਕਾਰ ਮੌਕੇ ਮੇਰਾ ਖਿਆਲ ਦਰਜਨ ਦੇ ਕਰੀਬ ਝੂਠੇ ਇਲਜ਼ਾਮਾਂ ਅਤੇ FIR। ਸੋ ਜਿਹੜੀ ਦੋਸਤ ਸੱਚਾਈ ਆ ਨਾ, ਉਹ ਇੱਥੇ ਵੀ ਉਹੀ ਆ, ਉਹ ਸਾਲ ਬਾਅਦ ਵੀ ਉਹੀ ਆ ਅਤੇ ਉਹ 10 ਸਾਲ ਬਾਅਦ ਵੀ ਉਹੀ ਆ। ਸੱਚਾਈ ਅੱਜ ਸਾਹਮਣੇ ਆ ਜਾਵੇ, ਸੱਚਾਈ 4 ਦਿਨ ਨੂੰ ਸਾਹਮਣੇ ਆ ਜਾਵੇ, ਤੁਹਾਡੇ ਸਾਹਮਣੇ ਆਊਗੀ। ਬੈਂਸ ਦੇ ਚਰਿੱਤਰ ਨੂੰ ਪੂਰੀ ਦੁਨੀਆ 'ਚ ਵੱਸਦੇ ਪੰਜਾਬੀ ਜਾਣਦਾ, ਬੈਂਸ ਦਾ ਚਰਿੱਤਰ ਕੀ ਆ। ਬੇਈਮਾਨ ਤਾਕਤਵਰ ਲੋਕਾਂ ਦੇ ਚਿਹਰੇ ਬੇਨਕਾਬ ਕਰਨ ਵਾਲੇ ਦਾ ਦਮਨ ਪਾਕ ਸਾਫ਼ ਨਾ ਹੋਵੇ, ਇਹ ਸਮਝ ਸਕਦੇ ਹੋ ਤੁਸੀਂ ਕਦੇ? ਸੋ ਮੈਂ ਜੋ ਬਿਲਕੁਲ ਸੱਚ ਸੀਗਾ, ਹੂਬ ਹੂ ਸਾਰੀ ਗੱਲ ਸਤਿਕਾਰਯੋਗ ਜਿਹੜੇ IPS ਮੈਡਮ ਹੈਗੇ ਆ, ਮੈਂ ਉਹਨਾਂ ਨੂੰ ਦੱਸ ਕੇ ਆਇਆ ਅਤੇ ਮੈਨੂੰ ਪੂਰਨ ਆਸ ਆ ਵੀ ਸਾਰਾ ਕੁਛ ਸੱਚਾਈ ਤੁਹਾਡੇ ਸਾਹਮਣੇ ਆਊਗੀ, ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋਊਗਾ। ਲਗਾਤਾਰ ਧਰਨੇ ਲੱਗ ਰਹੇ ਨੇ, ਚਾਹੇ ਅਕਾਲੀ ਦਲ ਆ ਚਾਹੇ BJP ਹੈ, ਫਿਰ ਇਸ ਗੱਲ ਤੋਂ ਤਾਂ ਹੁਣ ਤੁਸੀਂ ਖੁਦ ਹੀ ਨਤੀਜਾ ਕੱਢ ਸਕਦੇ ਹੋ ਵੀ ਜੇ ਅਕਾਲੀ ਬੈਂਸ ਦੇ ਵਿਰੁੱਧ ਧਰਨੇ ਲਾਉਂਦੇ ਆ ਤਾਂ ਬਿਹਾਈਂਡ ਦਾ ਕਰਟਨ ਕੌਣ ਹੈਗਾ ਇਸ ਸਾਰੇ ਸ਼ਡਯੰਤਰ ਦੇ ਪਿੱਛੇ, ਇਹ ਸਾਰੇ ਸੀਰੀਅਲ ਦੇ ਪਿੱਛੇ ਕੌਣ ਲੋਕ ਹੈਗੇ, ਕਿਹਨਾਂ ਲੋਕਾਂ ਦਾ ਦਿਮਾਗ ਕੰਮ ਕਰ ਰਿਹਾ? ਉਹਨਾਂ ਤੋਂ ਕੁਛ ਨਹੀਂ ਹੋਇਆ ਪਿਛਲੇ ਲੰਬੇ ਸਮੇਂ ਤੋਂ, ਧੂਲ ਚੱਟਦੇ ਵੋਟਰ ਨੇ ਧੂਲ ਚਟਾਈ ਹੈ। ਉਹਨਾਂ ਨੇ ਇੱਕ ਤੋਂ ਇੱਕ ਇਲਜ਼ਾਮ ਬੈਂਸ ਦੇ ਗਲ ਮੜਨ ਦਾ ਯਤਨ ਕੀਤਾ, ਪਰ ਪ੍ਰਭੂ ਬੜਾ ਬੇਅੰਤ ਆ। 100 ਦਿਨ ਚੋਰ ਦਾ ਅਤੇ 1 ਦਿਨ ਸਾਧ ਦਾ, ਉਹ ਬੜਾ ਬੇਅੰਤ ਆ। ਉਹਨੇ ਹਮੇਸ਼ਾ ਚਾਹੇ ਹਫ਼ਤਾ, 10 ਦਿਨ, 20 ਦਿਨ, ਮਹੀਨਾ, ਬੜਾ ਵਿਰੋਧੀਆਂ ਦਾ ਤਾਂਡਵ ਚੜਿਆ ਰਹਿੰਦਾ, ਝੂਠ ਦਾ ਪੈਰਾ ਚੜਿਆ ਰਹਿੰਦਾ, ਪਰ ਸੱਚਾਈ ਸਾਹਮਣੇ ਆਉਂਦੀ ਹੈ। ਇਸ ਕਰਕੇ ਜਿਹੜੇ BJP ਅਤੇ ਅਕਾਲੀ ਦਲ ਦੇ ਲੋਕ ਦੋਸਤ ਧਰਨੇ ਲਾਉਂਦੇ ਫਿਰਦੇ ਆ, ਪੁਤਲੇ ਫੂਕਦੇ ਫਿਰਦੇ ਆ, ਉਹਨਾਂ ਨੂੰ ਥੋੜ੍ਹਾ ਸਮਾਂ ਰੁਕ ਜਾਓ, ਸਾਰੀ ਸੱਚਾਈ ਸਾਹਮਣੇ ਆ ਜਾਊਗੀ। ਸੱਚਾਈ ਕੀ ਹੈ, ਮੈਂ ਅੰਦਰ ਦੱਸ ਕੇ ਆਇਆ ਸਾਰਾ ਕੁਛ। ਜਿਹੜੀ ਚੈਟਿੰਗ ਤਾਂ ਆਪਣੇ ਮਤਲਬ ਦੀ ਉਹ ਰੱਖ ਲਓ, ਜੇ 'ਤੇ ਕੋਈ ਸ਼ੱਕ ਪੈਂਦਾ ਹੋਵੇ, ਅਤੇ ਜਿਹੜੀ ਕੰਪਲੀਟ ਆ ਉਹਦੇ ਵਿੱਚੋਂ ਬਾਕੀ ਦੀਆਂ ਨੋਰਮਲ ਗੱਲਾਂ ਪਰੇ ਕਰ ਦਿਓ। ਮੈਂ ਕਦੋਂ ਕਹਿੰਦਾ ਵੀ ਚੈਟਿੰਗ ਨਹੀਂ, ਮੈਂ ਕਦੋਂ ਕਹਿੰਦਾ ਕਿ ਮੈਂ ਉਹਦਾ ਮਕਾਨ ਵਾਲਾ ਮਸਲਾ ਅੱਜ ਤੋਂ ਸਾਲ ਪਹਿਲਾਂ ਨਹੀਂ ਕਰਾਇਆ, ਮੈਂ ਕਦੋਂ ਕਹਿੰਦਾ ਕਿ ਆਡੀਓ ਮੇਰੀ ਨਹੀਂ? ਪਰ ਕਿਸੇ ਚੈਟਿੰਗ, ਕਿਸੇ ਆਡੀਓ ਦੇ ਵਿੱਚ ਕੋਈ ਗਲਤ ਗੱਲ ਲਿਖੀ ਹੋਵੇ, ਕੋਈ ਗਲਤ ਇਸ਼ਾਰੇ ਦੀ ਗੱਲ ਲਿਖੀ ਹੋਵੇ, ਕੋਈ ਦੋ ਅਰਥੀ ਗੱਲ ਲਿਖੀ ਹੋਵੇ, ਤਾਂ ਮੈਂ ਗੁਨਾਹਗਾਰ ਅਤੇ ਦੋਸ਼ੀ ਹਾਂ। ਦੇਖੋ, ਕਾਂਗਰਸ ਦੇ ਬਹੁਤ ਸਾਰੇ ਲੀਡਰ ਤਾਂ ਅਕਾਲੀ ਦਲ ਦੇ ਨਾਲ ਰਲ ਕੇ ਸਾਰੀ ਸਾਜਿਸ਼ ਬਣਾ ਰਹੇ ਆ। ਤੁਸੀਂ ਇਹ ਕਿਵੇਂ ਕਹਿ ਸਕਦੇ ਹੋ, ਕੱਲ੍ਹ ਨੂੰ ਕੋਈ ਇਸੇ ਤਰੀਕੇ ਦੀ ਔਰਤ ਉੱਠ ਕੇ ਕਿਸੇ ਮੇਰੇ ਤੋਂ ਵੱਡੇ ਰੁਤਬੇ ਵਾਲੇ 'ਤੇ, ਜਿਹਦੇ ਵਿੱਚ ਕੋਈ ਲੋਕਾਂ ਦਾ ਚੁਣਿਆ ਮੁੱਖ ਮੰਤਰੀ, ਮੰਤਰੀ, ਕੋਈ ਜੱਜ, ਕੋਈ ਵੱਡਾ ਅਧਿਕਾਰੀ ਹੋ ਸਕਦਾ, ਉਹਦੀ ਥਾਰੋ ਲਈ ਛਾਣਬੀਣ ਕਰਨਾ ਉਹ ਪੁਲਿਸ ਦੀ ਡਿਊਟੀ ਹੈਗੀ ਹੈ ਨਾ? ਮੈਂ ਫਿਰ ਕਹੂੰਗਾ, ਮੈਨੂੰ ਨਿਆਂ ਮਿਲੇਗਾ। ਅਦਾਲਤਾਂ ਨੇ ਮੈਨੂੰ ਹਰ ਸਾਲ ਮੇਰਾ ਖਿਆਲ 2-3 ਮੁਕੱਦਮਿਆਂ 'ਚ ਮੈਂ ਬਰੀ ਹੁੰਦਾ ਅਤੇ ਉਹ ਸੱਚ ਕਰਕੇ ਦੋਸਤ ਬਰੀ ਹੁੰਦਾ। ਇਸ ਮਸਲੇ ਦੇ ਵਿੱਚ ਵੀ ਪੂਰਨ ਤੌਰ 'ਤੇ ਨਿਆਂ ਜ਼ਰੂਰ ਮਿਲੇ।